ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਤੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ। ਉਹ ਵੀ ਮਤਲਬ ਗੱਲਬਾਤ ਕਰਦੇ ਸੀ, ਮੈਂ ਉਹਨਾਂ ਨੂੰ ਰੋਕਦੀ ਰਹੀ ਹਾਂ ਕਿ ਤੁਸੀਂ ਇਹ ਕੰਮ ਨਾ ਕਰੋ, ਆਪਣੀ ਧੀ ਪੁੱਤ ਵੀ ਮਤਲਬ ਗੱਭਰੂ ਉਹਨਾਂ 'ਤੇ ਵੀ ਅਸਰ ਮਾੜਾ ਪਊਗਾ। ਇਹਨਾਂ ਨੇ ਮੇਰੀ ਕੁਛ ਨਾ ਮੰਨੀ। ਅਸੀਂ ਕੁੱਟਮਾਰ ਕਰਦਾ ਸੀ ਜੀ, ਪਹਿਲਾਂ ਅਸੀਂ ਵੀ ਆਉਂਦੇ ਸੀ, ਸਮਝਾ ਜਾਂਦੇ ਸੀ, ਚਲੋ ਵੀ ਸਮਝ ਜਾਂਦਾ ਸੀ, ਲੈ ਵੀ ਆਉਂਦਾ ਸੀ। ਇਹ ਕਿਤੇ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਧੀ ਦੀ ਕੁੱਟਮਾਰ ਵੀ ਬਹੁਤ ਕੀਤੀ, ਖਿੱਚਿਆ ਤੋਂ ਵੀ ਬਹੁਤ ਕੀਤੀ। ਫਿਰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ, ਮੇਰੇ ਨਾਲ ਕੁੱਟਮਾਰ ਕੀਤੀ ਇਹਨੇ, ਮੈਨੂੰ ਖਿੱਚਿਆ ਤੋਂ, ਅਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ। ਅਸੀਂ ਕਿਸੇ ਦੇ ਘਰ ਜਾ ਕੇ ਆਪਦੀ ਜਾਨ ਬਚਾਈ ਆ। ਇਹਨੇ ਬਾਅਦ 'ਚ ਆ ਕੇ ਮਗਰੋਂ ਚੋਰੀ ਅੱਗ ਲਾ ਤੀ ਮੇਰੇ ਘਰ ਨੂੰ। ਮੇਰਾ ਇਸ ਟਾਈਮ ਮੇਰੇ ਕੋਲ ਕੁਛ ਨਹੀਂ ਗਾ, ਮੇਰੇ 3 ਬੱਚੇ ਹੀ ਆ ਵੀਰ ਜੀ ਮੇਰੇ ਕੋਲ, ਨਾ ਸੌਣ ਨੂੰ ਤੇ ਪੈਣ ਨੂੰ। ਇਹਨੇ ਕਿਸੇ ਦੀ ਨਹੀਂ ਸੁਣੀ, ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ, ਤੇ ਰੋਜ਼ ਜਾ ਕੇ ਕਿਸੇ ਦੇ ਘਰੇ ਲੁਕੀ। ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾ, ਅਸੀਂ ਆਖਿਆ ਸਾਡੇ ਗੱਲ ਪਊਗਾ, ਸਾਡੇ ਵੀ ਗੱਲ ਪੈਂਦਾ, ਉਹ ਸਾਡੀ ਵੀ ਕੁੱਟਮਾਰ ਕਰਦਾ, ਤੂੰ ਕਰਦਾ ਵੀ ਕੁੱਟਾ ਮਾਰਦਾ, ਹਾਂਜੀ ਸ਼ਰਾਬ ਪੀਂਦਾ ਉਹ। ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ, ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਵਿਆਹ ਚਲਾ। ਉਹਦੇ ਕਿਸੇ ਔਰਤ ਨਾਲ ਸੰਬੰਧ ਸੀ, ਉਹਦੀ ਘਰਵਾਲੀ ਇਸੇ ਗੱਲ ਤੋਂ ਪੁਲਿਸ ਕਰਦੀ ਸੀ। ਤੇ 13-4 ਦੀ ਰਾਤ ਨੂੰ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟਮਾਰ ਨਾ ਕਰੇ, ਇਹਨੇ ਘਰ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਹਾਂ, ਤੇ ਮੇਰੇ ਕੁਲਦੀਪ ਸਿੰਘ ਹਸਬੈਂਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ। ਉਹ ਵੀ ਮਤਲਬ ਗੱਲਬਾਤ ਕਰਦੇ ਸੀ, ਮੈਂ ਉਹਨਾਂ ਨੂੰ ਰੋਕਦੀ ਰਹੀ ਹਾਂ ਕਿ ਤੁਸੀਂ ਇਹ ਕੰਮ ਨਾ ਕਰੋ, ਆਪਣੀ ਧੀ ਪੁੱਤ ਵੀ ਮਤਲਬ ਗੱਭਰੂ ਉਹਨਾਂ 'ਤੇ ਵੀ ਅਸਰ ਮਾੜਾ ਪਊਗਾ। ਇਹਨਾਂ ਨੇ ਮੇਰੀ ਕੁਛ ਨਾ ਮੰਨੀ। ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ, ਚਲੋ ਮੈਂ ਕਿਹਾ ਹਟ ਜਾਣਗੇ। ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ, ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਗਾ। ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10,000 ਰੁਪਇਆ ਪਵਾਇਆ, ਫਿਰ ਉਸ ਤੋਂ ਬਾਅਦ ਕਹਿੰਦੀ ਮੈਨੂੰ ਹੋਰ ਪੈਸੇ ਚਾਹੀਦੇ ਆ। ਉਹ ਇਹਨੇ ਮੁੜ ਕੇ ਇੱਥੇ LED ਮੰਗੀ, ਮੈਨੂੰ ਕਹਿੰਦੇ LED ਦੇ ਮੈਨੂੰ, ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ, ਉਹ ਪੈਸੇ ਮੰਗਦੀ ਆ LED ਦੇ, ਤੇ ਮੈਂ ਨਹੀਂ ਵੀ LED ਵੀ ਤੇਰੀ ਤੇ ਘਰ ਵੀ ਤੇਰਾ, ਬੱਚੇ ਵੀ ਤੇਰੇ, ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾ ਗਾ, ਤੂੰ ਮੈਨੂੰ ਦੱਸ ਕੀ ਆ। ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ, ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਊਂਗਾ, ਮੈਨੂੰ ਪੈਸੇ ਚਾਹੀਦੇ ਆ। ਉਹ ਜਨਾਨੀ ਕਹਿੰਦੀ ਮੈਨੂੰ 20 ਪੈਸੇ ਚਾਹੀਦੇ, ਮੈਨੂੰ ਹੁਣੇ ਚਾਹੀਦੇ ਆ। 10,000 3 ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ, ਉਹ ਪੈਸਾ ਖਾਣ ਵਾਲੀ ਜਨਾਨੀ ਆ। ਫਿਰ ਉਹਨੂੰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ, ਮੇਰੇ ਨਾਲ ਕੁੱਟਮਾਰ ਕੀਤੀ ਇਹਨੇ, ਮੈਨੂੰ ਖਿੱਚਿਆ ਧੋਇਆ, ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ। ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ। ਇਹਨੇ ਬਾਅਦ 'ਚ ਆ ਕੇ ਮਗਰੋਂ ਚੋਰੀ ਅੱਗ ਲਾ ਤੀ ਮੇਰੇ ਘਰ ਨੂੰ। ਮੇਰਾ ਇਸ ਟਾਈਮ ਮੇਰੇ ਕੋਲ ਕੁਛ ਨਹੀਂ ਗਾ, ਮੇਰੇ 3 ਬੱਚੇ ਹੀ ਆ ਵੀਰ ਜੀ ਮੇਰੇ ਕੋਲ, ਨਾ ਸੌਣ ਨੂੰ ਤੇ ਪੈਣ ਨੂੰ। ਕਿਸ ਤਰ੍ਹਾਂ ਦਾ ਜਿਹੜਾ ਆਸ਼ਕੀ ਦਾ ਭੂਤ ਸਵਾਰ ਸੀ ਇਹਦੇ, ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ, ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ। ਹਾਂਜੀ, ਘਰ ਹੀ ਫੂਕਤਾ ਹੈ, ਕੋਈ ਚਿੰਤਾ ਨਹੀਂ ਕਰਦੀ, ਕੋਈ ਇਹਨੂੰ ਘਰ ਚਿੰਤਾ ਨਹੀਂ ਸੀ, ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਛ। ਮੇਰੀ ਧੀ ਮਟਿਆਰ, ਮੈਂ ਤਾਂ ਦਾਜ ਬਣਾਇਆ ਸੀ, ਉਹ ਵੀ ਇਹਨੇ ਸਾੜਤਾ ਹੈ, ਸਾਰਾ ਤਬਾਹ ਕਰਤਾ ਇਹ। ਸ਼ਰਾਬ ਪੀ ਕੇ ਸਾਰਾ ਕੁਛ ਕੀਤਾ ਵੀਰ ਜੀ ਇਹਨੇ। ਉਹ ਜਨਾਨੀ ਪੈਸਾ ਹੀ ਮੰਗੀ ਜਾਂਦੀ, ਪੈਸੇ ਮੰਗੀ ਜਾਂਦੀ, ਕਿਸੇ ਨੂੰ ਪੈਸਾ ਲੈ ਕੇ ਦੇ, ਮੈਨੂੰ ਥਾਂ ਥੱਥਾ ਲੈ ਕੇ ਦੇ, ਇੱਥੋਂ ਤੱਕ ਅਸੀਂ ਗਰੀਬ ਘਰ ਆ ਵੀਰ ਜੀ, ਕਿੱਥੋਂ ਦੇਜੇ। ਹੋ ਗਏ ਸੀ ਵੀਰ ਜੀ 3-4 ਮਹੀਨੇ ਹੋਏ ਸੀ ਇਸ ਗੱਲ ਨੂੰ। ਹਾਂਜੀ, ਪੈਸਿਆਂ ਦੀ ਮੰਗ ਕਰਦੀ ਸੀ, ਕਹਿੰਦੀ ਮੈਨੂੰ ਪੈਸੇ ਚਾਹੀਦੇ, ਮੈਨੂੰ, ਮੈਂ ਥਾਂ ਥੱਥਾ ਲੈ ਕੇ ਦੇ। ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲ ਵੀ ਨੀ ਕਰਨੀ ਫੋਨ ਤੇ, ਨਾ ਤੂੰ ਘਰੇ ਜਾਣਾ, ਨਾ ਤੂੰ ਰੋਟੀ ਪਾਣੀ ਖਾਣਾ। ਉਹਨੇ ਇਹੋ ਜਿਹਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ, ਤੂੰ ਘਰੇ ਨੀ ਜਾਣਾ ਗਾ, ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ।
ਤੇ ਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਭ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਮੇਰੀ ਹੱਥ ਜੋੜ ਕੇ ਬੇਨਤੀ, ਇਹ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ। ਕਿੰਨੇ ਕੁ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ? ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ। ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ ਕਰਕੇ ਮੈਨੂੰ ਦਿੱਤਾ ਸੀਗਾ ਮਸਾਂ। ਹਾਂ, ਸਾਰੇ ਕੱਪੜੇ ਵੀ ਮੇਰੇ ਹਾਰ ਸਿਆਲ ਵਾਲੇ ਸਾਰੇ ਸੜ ਕੇ ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ, ਕੁਛ ਨੀ ਗਾ। ਮੇਰੀ ਸਰਕਾਰ ਮੂਹਰੇ ਇਹੀ ਬੇਨਤੀ, ਮੇਰੀ ਮੱਧ ਤੋਂ ਮੱਧ ਸਹਾਇਤਾ ਕੀਤੀ ਜਾਵੇ। ਮੇਰੇ 3 ਬੱਚੇ ਮੈਂ ਕਿੱਥੇ ਲੈ ਕੇ ਜਾਊਂਗੀ? ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਦੋਨਾਂ ਤੇ ਹੋਣੀ ਚਾਹੀਦੀ, ਇਕੱਲੇ ਤੇ ਨੀ ਹੋਣੀ ਚਾਹੀਦੀ, ਨਾਲ ਜਨਾਨੀ ਦੇ ਵੀ ਕੁੱਟਮਾਰ ਹੋਣੀ ਚਾਹੀਦੀ, ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ। ਹਾਂਜੀ, ਇਸ ਔਰਤ ਨੇ ਹਾਂਜੀ ਪਹਿਲਾਂ ਵਿਆਹੀ, ਇਹ ਰੰਡੀ ਆ। ਹਾਂਜੀ ਹਾਂਜੀ, ਵਿਆਹੀ ਸੀਗੀ। ਹਾਂਜੀ, ਸਖ਼ਤ ਕਾਰਵਾਈ ਕੀਤੀ ਚਾਹੀਦੀ ਹੈ ਇਹਦੇ ਤੇ ਵੱਧ ਤੋਂ ਵੱਧ। ਇਹਦੇ ਜੀ 18-19 ਸਾਲਾਂ ਦਾ ਤਾਂ ਵੱਡਾ ਬੱਚਾ ਹੀ ਹੈ। ਹਾਂ, ਤੇ 18-20 ਸਾਲ ਹੋ ਗਈ ਜੀ। ਕੁਲਦੀਪ ਸਿੰਘ ਨਾਲ ਜੀ, ਰੀਤਮਾਲੀ ਆਲੀ ਜੀ। ਹਾਂਜੀ, ਪਹਿਲਾਂ ਕੁੱਟਮਾਰ ਕਰਦਾ ਸੀ ਜੀ। ਪਹਿਲਾਂ ਸੀ ਵੀ ਆਉਂਦੇ ਸੀ, ਸਮਝਾ ਜਾਂਦੇ ਸੀ, ਚਲੋ ਵੀ ਸਮਝ ਜਾਂਦਾ ਸੀ, ਲੈ ਵੀ ਆਉਂਦਾ ਸੀ। ਐਗਤੀ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਧੀ ਦੀ ਕੁੱਟਮਾਰ ਵੀ ਬਹੁਤ ਕੀਤੀ, ਖਿੱਚਿਆ ਤੋਂ ਵੀ ਬਹੁਤ ਕੀਤੀ। ਸਾਨੂੰ ਪਤਾ ਲੱਗਿਆ, ਅਸੀਂ ਦੂਜੇ ਦਿਨ ਆਏ ਜਿੱਦਣ ਅੱਗ ਲੱਗੀ। ਪਹਿਲਾਂ ਮੈਂ 3 ਦਿਨ ਰਹਿ ਕੇ ਗਈ, 4 ਦਿਨ ਉਦੋਂ ਆਇਆ ਨੀ ਸਾਡਾ ਸੱਦਿਆ। ਕਹਿੰਦਾ ਮੈਂ ਸੋਮਵਾਰ ਨੂੰ ਆਊ, ਹਲੇ ਸੋਮਵਾਰ ਨੂੰ ਆਉਣਾ ਸੀ। ਸੋਮਵਾਰ ਇਹਨੇ ਆਉਣ ਨੀ ਦਿੱਤਾ ਜੀ, ਅੱਗ ਵੀ ਲਾਤੀ ਤੇ ਖਿੱਚਿਆ ਤੋਂ ਸਾਰੇ ਇੱਥੇ ਪਿੰਡ ਚ ਵੀ ਕੀਤੀ ਸੜਕ ਚ। ਇਹਦੇ ਸਰੀਕੇ ਕਬੀਲੇ ਨੇ ਇਹਨੂੰ ਹਟਾਇਆ। ਮੈਂ ਮਸਾਂ ਸਮਾਨ, ਅਸੀਂ ਬੁੱਢੇ ਠੇਰੇ ਸੀ, ਪਹਿਲਾਂ ਇਹਨਾਂ ਦਾ ਘਰ ਕੱਚਾ ਸੀ, ਕਹਿੰਦੇ ਅਸੀਂ ਲੈਣਾ ਨੀ ਸਮਾਨ। ਮਗਰੋਂ ਅਸੀਂ ਜੋੜ ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ ਕਰਕੇ ਮਸਾਂ ਦਿੱਤਾ ਸੀ। ਹਾਂ, ਦਾਜ ਦਿੱਤਾ ਜੀ। ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ, ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ ਉਹਦੇ ਸਿਰ ਤੇ ਹੀ, ਚਲੋ ਥੋੜੇ ਵਾਲੇ ਪਾਉਂਦਾ ਸੀ। ਹੁਣ ਇਹਨੂੰ ਜਮਾਂ ਨੀ ਕਮਾਈ ਦਿੱਤੀ ਜੀ। ਕਿਹਨੂੰ ਦਿੱਤਾ ਜੀ ਕਮਾਈ? ਜੀ ਔਰਤ ਆ ਜਿਹੜੀ, ਸਾਨੂੰ ਤਾਂ ਦੱਸਦੇ ਵੀ ਫਰੀਦਕੋਟ ਦੀ, ਸਾਨੂੰ ਇੱਕ ਹਿਸਾਬ ਨਾਲ ਹਾਂ ਵੀ ਲਾਪਤਾ ਹੀ ਉਸ ਨਾਲ ਸੰਬੰਧ ਰੱਖਦਾ ਸੀ। ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ, ਗਾਲਾਂ ਵਾਲਾਂ ਕੱਢਦਾ ਸੀ, ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ, ਮੈਂ ਤੁਹਾਨੂੰ ਵੱਢ ਦਿਆਂਗਾ ਇੱਥੇ ਆ ਕੇ, ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ। ਮੇਰੇ ਨਾਲ ਗੱਲ ਕੋਈ ਨੀ, ਮੇਰੀ ਤਾਂ ਇਹੋ ਹੀ ਹੈ ਪਰਮਜੀਤ ਕੌਰ। ਸਾਨੂੰ ਬਹੁਤ ਤੰਗ ਕੀਤਾ ਇਹਨੇ, ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ, ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸ ਆਈ। ਤੀਜੀ ਵੇਰ ਅੱਗ ਲਾਈ ਹੈ। ਹਾਂਜੀ, ਘਰ ਦਾ ਸਮਾਨ ਭੁਗਤਾ ਸਾਰਾ ਸਾਰਾ ਆਸ਼ਕੀ ਚ। ਸਖ਼ਤ ਕਾਰਵਾਈ ਕੀਤੀ ਜਾਵੇ ਦੋਵਾਂ ਜਣਿਆਂ ਤੇ, ਪਰਮਜੀਤ ਕੌਰ ਤੇ ਵੀ। ਹਾਂ, ਉਹ ਹਾਂ ਔਰਤ ਤੇ ਵੀ ਹੋਣੀ ਚਾਹੀਦੀ ਹੈ। ਹਾਂ, ਇਹਦੀ ਸ਼ੈ ਆ। ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰੋਂ ਰੋਟੀ ਨੀ ਖਾਣੀ, ਪਾਣੀ ਨੀ ਖਾਣਾ, ਆਪਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ, ਰਾਤ ਨੀ ਕੱਟਣੀ, ਇਹ ਜਿਹੀਆਂ ਗੱਲਾਂ ਮਗਰ ਫੋਨ ਆਉਂਦੇ ਰਹੇ। ਅਸੀਂ ਪ੍ਰੀਤਮ ਸਿੰਘ ਨਾਲ ਲੈ ਕੇ ਅੱਗ ਲਗਾਈ। ਕਿਹਨੇ ਲਗਾਈ ਤੇ ਕਿਉਂ ਲਗਾਈ? ਇਹ ਮੇਰੇ ਦਿਓਰ ਨੇ ਅੱਗ ਲਗਾਈ ਹੈ। ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ। ਮੇਰੀ ਭੈਣ ਆ, ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ, ਉਹ ਇਹਨੂੰ ਕੁੱਟਮਾਰ ਕਰਦਾ ਸੀਗਾ।
ਜੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚੱਲ ਦੋਨਾਂ ਜੀਆਂ ਦੀ ਆ ਗੱਲ ਵੀ ਢਕੀ ਰਹੇ। ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ। ਫਿਰ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ, ਤੇ ਉਸ ਕਰਕੇ ਅਸੀਂ ਵੀ ਆਖਿਆ ਚੱਲ ਕੋਈ ਗੱਲ ਨੀ, ਸਮਝਾਇਆ ਸਾਡੇ ਘਰਦਿਆਂ ਨੇ ਸਾਰਿਆਂ ਨੇ ਕੋਈ ਨੀ ਤੁਹਾਡੇ ਦੋਨਾਂ ਦੇ ਵਿੱਚ ਹੈ, ਤੁਸੀਂ ਦੋਨੇ ਨਿਬੇੜੋ ਗੱਲ। ਇਹਨੇ ਕਿਸੇ ਦੀ ਨੀ ਸੁਣੀ, ਇਹਨੇ ਸ਼ਰਾਬ ਪੀ ਕੇ ਕੁੱਟ ਮਾਰ ਕਰਦਾ ਸੀ, ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ। ਅਸੀਂ ਵੀ ਨੀ ਆਖਿਆ ਵੀ ਸਾਡੇ ਘਰ ਆ ਜਾ, ਅਸੀਂ ਆਖਿਆ ਸਾਡੇ ਗੱਲ ਪਊਗਾ, ਸਾਡੇ ਵੀ ਗੱਲ ਪੈਂਦਾ, ਉਹ ਸਾਡੇ ਵੀ ਖਿੱਚ ਮਾਰ ਕਰਦਾ, ਤੂੰ ਕਰਦਾ ਵੀ ਖੁਰਦਾ ਮਾਰਦਾ, ਹਾਂਜੀ ਸ਼ਰਾਬ ਪੀਂਦਾ ਉਹ। ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ। 8:02 ਤੇ ਇਹਨੇ ਅੱਗ ਲਾਈ ਆ, ਸਾਨੂੰ ਨੀ ਪਤਾ ਲੱਗਾ ਪਿਆ ਨੂੰ, ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ। ਸਾਨੂੰ ਗਵਾਂਢੀ ਨਿਕਲੇ, ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਭੱਜ ਗਿਆ। ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ, ਅਸੀਂ ਹਾਂਜੀ 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 ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ। ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ, ਇਹਨਾਂ ਉੱਤੇ ਆਹ ਪਾ ਦੇਣਾ, ਪੈਟਰੋਲ ਪਾ ਦੇਣਾ, ਤੇਜ਼ਾਬ ਪਾ ਦੇਣਾ, ਇਹਨਾਂ ਨੂੰ ਆਸ਼ਕੀ ਦਾ ਭੂਤ ਸਵਾਰ ਸੀ ਜੀ ਉਹਦੇ ਤੇ, ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ। ਉਸ ਔਰਤ ਨੇ ਆਪਦੇ ਵਿੱਚ ਪਤਾ ਨੀ ਕਿਹੜੇ ਜਾਲ ਚ ਫਸਾਇਆ ਹੋਇਆ। ਹਾਂਜੀ ਘਰ ਪਰਿਵਾਰ ਨੂੰ ਚੰਗਾ ਨੀ ਸਮਝਦਾ, ਬੱਚਿਆਂ ਨੂੰ ਧੱਕੇ ਮਾਰਦਾ ਸੀਗਾ, ਕੋਈ ਉਹਨਾਂ ਬਾਰੇ ਸੋਚਦਾ ਹੀ ਨੀ ਸੀਗਾ ਵੀ ਕੀ ਆ। ਕਾਨੂੰਨ ਉਹਦੇ ਤੇ ਕਾਰਵਾਈ ਬਹੁਤ ਸਖ਼ਤ ਸਖ਼ਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ। ਹਾਂਜੀ ਔਰਤ ਤੇ ਵੀ, ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ। ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਮਲ ਦੇ ਆਲੀ ਹੈ ਜੀ, ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ, ਇਹਦੀ 40 ਸਾਲ ਉਮਰ ਆ, ਉਹਦੇ ਕਿਸੇ ਔਰਤ ਨਾਲ ਸੰਬੰਧ ਸੀ, ਉਹਦੀ ਘਰਵਾਲੀ ਇਸੇ ਗੱਲ ਤੋਂ ਪੁਲਿਸ ਕਰਦੀ ਸੀ। ਇਹ 13:04 ਦੀ ਰਾਤ ਨੂੰ 9:30 ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟਮਾਰ ਨਾ ਕਰੇ। ਇਹਨੇ ਘਰ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ, ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ। ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕੌਰ ਉਹਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ FIR ਨੰਬਰ 58 ਦਰਜ ਕੀਤੀ ਹੈ, ਇਹਨੂੰ ਅਸੀਂ ਅਰੈਸਟ ਕਰਨਾ। ਹਾਂਜੀ ਫਿਲਹਾਲ ਤਫਤੀਸ਼ ਜਾਰੀ ਹੈ।